Students, so now let us start with your third chapter, The Conjurer's Revenge by Stephen Leacock. So something about the writer first. So here are the pictures of the writer, and he was a Canadian teacher, political scientist, writer and humorist. So humorist, the matlab ki hunda, humorist simply means he made people laugh with his writings. Okay, so whatever he wrote gave rise to laughter. The reader laughed on reading his writings. So you know, hum dekho, he was known for his light humor along with criticisms of people's follies. So lokan diyan murakhtavan de upar ਹਿਊਮਰਸ ਵੇ ਦੇ ਨਾਲ ਲਿਖਦਾ ਸੀਗਾ ਸੋ ਜਿਹਦੇ ਨਾਲ ਕਿ ਹਾਸਾ ਵੀ ਆਉਂਦਾ ਸੀ ਸੋ ਫੋਲੀਜ਼ ਦਾ ਮਤਲਬ ਹੀ ਕੀ ਹੁੰਦਾ ਫੋਲੀਜ਼ ਸਿੰਪਲੀ ਮੀਨਸ ਫੁਲਿਸ਼ ਬਿਹੇਵੀਅਰ ਫੁਲਿਸ਼ ਹੈਬਿਟਸ ਆਫ ਦਾ ਪੀਪਲ ਸੋ ਸਟੀਫਨ ਲੀਕੌਕ ਵਾਸ ਬੋਰਨ ਔਨ 30th December 1869 ਐਂਡ ਹੀ ਡਾਈਡ ਔਨ 28th March 1944 ਸੋ ਦਿਸ ਇਜ਼ ਸਮਥਿੰਗ ਅਬਾਊਟ ਦਾ ਰਾਈਟਰ ਨਾਓ ਲੈਟ ਅਸ ਸਟਾਰਟ ਵਿਦ ਕੌਂਜਰਰਸ ਰਿਵੈਂਜ So first of all, who is the conjurer? So conjurer, apa kinu kehne hai jehda ke vyakti shows karda hai, jidda apa jinu magic shows kehne hai. So conjurer kaun hunda jehda ke hath di safai de naal jadu de kheed karda hai. So ode inni vadiya tarah de naal oh inni fast apne hathaan di ohdi harkat hundi hai ke tamasha jehda oh karda hai, jehde oh tricks dikhanda hai. ਲੋਕਾਂ ਨੂੰ ਕੀ ਲੱਗਦਾ ਐਜ਼ ਇਫ ਇਟ ਇਜ਼ ਮੈਜਿਕ ਐਜ਼ ਇਫ ਹੀ ਨੋਜ਼ ਮੈਜਿਕ ਪਰ ਹੁੰਦੀ ਕੀ ਹੈ ਅਸਲ 'ਚ ਹੱਥਾਂ ਦੀ ਸਫਾਈ ਹੁੰਦੀ ਹੈ ਦ ਸਲੇਟ ਆਫ ਹੈਂਡ ਸੋ ਕੌਂਜਰਰ ਜਿਹੜਾ ਕਿ ਕਰਤੱਵ ਦਿਖਾਉਂਦਾ ਤੁਸੀਂ ਕਈ ਵਾਰੀ ਮੈਜਿਕ ਸ਼ੋਜ਼ ਦੇਖੇ ਹੋਣੇ ਸੋ ਕੌਂਜਰਰ ਆਪਾਂ ਉਵੇਂ ਕਹਿੰਦੇ ਹਾਂ ਅ ਪਰਸਨ ਹੂ ਪਰਫੋਰਮਸ ਕਲੈਵਰ ਟ੍ਰਿਕਸ ਵਿੱਚ ਅਪੀਅਰ ਮੈਜੀਕਲ ਅਪੀਅਰ ਮੀਨਸ ਕਿ ਲੱਗਦੇ ਹੈਗੇ ਜਿੱਦਾਂ ਕਿ ਉਹਨੂੰ ਜਾਦੂ ਆਉਂਦਾ ਅਸਲ ਵਿੱਚ ਕੀ ਹੁੰਦਾ ਇਟ ਇਜ਼ ਜਨਰਲੀ ਵਿਦ ਦ ਕੁਇਕ ਮੂਵਮੈਂਟਸ ਆਫ ਦ ਹੈਂਡਸ ਕਿ ਆਪਣੇ ਹੱਥਾਂ ਦੀ ਸਫਾਈ ਦੇ ਨਾਲ ਫਟਾਫਟ ਕਰਕੇ ਉਹ ਇੱਦਾਂ ਦੇ ਤੁਹਾਡੇ ਸਾਹਮਣੇ ਕਰਤੱਵ ਕਰਦਾ ਕਿ ਤੁਹਾਨੂੰ ਕੀ ਲੱਗਦਾ ਕਿ ਐਜ਼ ਇਫ ਜਾਦੂ ਹੋ ਰਿਹਾ ਕਿ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਤੁਸੀਂ ਵੀ ਦੇਖਿਆ ਹੋਣਾ ਕਿ ਸਮਟਾਈਮਸ ਹੀ ਵਿਲ ਸ਼ੋ ਯੂ ਐਨ ਐਮਟੀ ਕਲੋਥ ਸੋ ਤੁਹਾਨੂੰ ਦਿਖਾਏਗਾ ਕਿ ਇਹ ਕੱਪੜਾ ਬਿਲਕੁਲ ਖਾਲੀ ਹੈ ਇਹਦੇ ਵਿੱਚ ਕੁਛ ਨਹੀਂ ਹੈ ਔਰ ਫਿਰ ਉਹ ਜਾਦੂ ਕਰੇਗਾ ਤਾਂ ਉਹਦੇ ਵਿੱਚੋਂ ਦੀ ਕੋਈ ਚੀਜ਼ ਨਿਕਲ ਆਉਂਦੀ ਹੈ ਕਿ ਸੋ ਕਈ ਵਾਰੀ ਵਿੱਚੋਂ ਦੀ ਪੈਸੇ ਨਿਕਲ ਆਉਂਦੇ ਹੈ ਕਈ ਵਾਰੀ ਕੁਛ ਚੀਜ਼ ਨਿਕਲ ਆਉਂਦੀ ਹੈ ਸੋ ਇਹ ਕੌਂਜਰਰ ਇਸ ਤਰ੍ਹਾਂ ਦੇ ਸ਼ੋਜ਼ ਕਰਦਾ ਇੱਦਾਂ ਦੇ ਤਮਾਸ਼ੇ ਕਰਦਾ So now something about the story. So ਹੈ ਕੀ ਹੈ ਇਸ ਕਹਾਣੀ ਦੇ ਵਿੱਚ ਕਿ ਇੱਕ ਕੌਂਜਰਰ ਹੈ ਜਿਹੜਾ ਕਿ ਕੀ ਕਰ ਰਿਹਾ ਹੈ ਹੀ ਇਜ਼ ਡੂਇੰਗ ਹਿਜ ਸ਼ੋ ਸੋ ਇੱਕ ਤਮਾਸ਼ਾ ਕਰਦਾ ਪਿਆ ਇੱਕ ਸ਼ੋਅ ਕਰਦਾ ਪਿਆ ਸੋ ਉਹਦੇ ਸਾਹਮਣੇ ਕਿੰਨੇ ਹੀ ਸਰੋਤੇ ਬੈਠੇ ਹੈ ਮੈਨੀ ਪੀਪਲ ਆਰ ਸਿਟਿੰਗ ਮੈਨੀ ਪੀਪਲ ਆਰ ਦੇਅਰ ਅਮੰਗ ਦਾ ਆਡੀਅੰਸ ਸੋ ਉਹ ਤਮਾਸ਼ਾ ਕਰ ਰਿਹਾ ਹੈਗਾ ਦਿਖਾ ਰਿਹਾ ਆਪਣੇ ਕਰਤੱਵ ਦਿਖਾ ਰਿਹਾ ਔਰ ਫਿਰ ਕੀ ਹੁੰਦਾ ਕਿ ਪਰ ਉਹਦਾ ਜਿਹੜਾ ਹਰ ਉਹਦਾ ਜਿਹੜਾ ਟ੍ਰਿਕ ਹੈਗਾ ਕਿਸ ਤਰ੍ਹਾਂ ਦੇ ਉਹ ਟ੍ਰਿਕਸ ਦਿਖਾ ਰਿਹਾ ਫੋਰ ਐਗਜ਼ਾਮਪਲ ਉਹ ਇੱਕ ਐਮਟੀ ਕਲੋਥ ਵਿੱਚੋਂ ਦੀ ਇੱਕ ਖਾਲੀ ਕੱਪੜੇ ਦੇ ਵਿੱਚੋਂ ਦੀ ਕਈ ਵਾਰੀ ਕੀ ਦਿਖਾਉਂਦਾ ਆਡੀਅੰਸ ਨੂੰ ਕਿ ਦਿਸ ਇਜ਼ ਐਨ ਐਮਟੀ ਕਲੋਥ ਔਰ ਫਿਰ ਉਹਦੇ 'ਚੋਂ ਕੀ ਨਿਕਲ ਆਉਂਦਾ ਇੱਕ ਬਰਤਨ ਨਿਕਲ ਆਉਂਦਾ ਜਿਹਦੇ ਵਿੱਚ ਕਿ ਮੱਛਲੀਆਂ ਤੈਰ ਰਹੀਆਂ ਹੈਗੀਆਂ ਪਾਣੀ ਨਾਲ ਭਰਿਆ ਬਰਤਨ ਨਿਕਲ ਆਉਂਦਾ ਔਰ ਫਿਰ ਉਹ ਕੀ ਕਰਦਾ ਹੋਰ ਕਿੱਦਾਂ ਦੇ ਤਮਾਸ਼ੇ ਕਰ ਰਿਹਾ ਹੈਗਾ ਕਿੱਦਾਂ ਦੇ ਟ੍ਰਿਕਸ ਦਿਖਾ ਰਿਹਾ ਕਿ ਆਪਣੀ ਹੈਟ ਦਿਖਾਉਂਦਾ ਜਿਹੜੀ ਕਿ ਬਿਲਕੁਲ ਖਾਲੀ ਔਰ ਫਿਰ ਉਹਦੇ 'ਚੋਂ ਖਾਲੀ 'ਚੋਂ ਐਗਸ ਕੱਢਣੇ ਸ਼ੁਰੂ ਕਰ ਦਿੰਦਾ ਸੋ ਇਹ ਤੁਸੀਂ ਵੀ ਦੇਖਿਆ ਹੋਣਾ ਇੱਦਾਂ ਦੇ ਸ਼ੋਅ ਜਿਹੜੇ ਮੈਜਿਕ ਸ਼ੋਜ਼ ਕਰਦੇ ਹੈਗੇ ਸੋ ਇਹ ਉਹ ਕਰ ਰਿਹਾ ਹੈਗਾ ਔਰ ਜਿਹੜੇ ਆਡੀਅੰਸ ਹੈਗੇ ਉਹ ਹੈਰਾਨ ਹੋ ਰਹੇ ਹੈ ਕਿ ਇਹ ਕਿੱਦਾਂ ਕਰ ਰਿਹਾ ਪਰ ਉਹਦਾ ਜਿਹੜਾ ਸਾਰਾ ਸ਼ੋਅ ਹੈਗਾ ਉਹ ਇੱਕ ਵਿਅਕਤੀ ਵਿਗਾੜਨਾ ਸ਼ੁਰੂ ਕਰ ਦਿੰਦਾ ਸੋ ਇੱਕ ਵਿਅਕਤੀ ਜਿਹਨੂੰ ਕਿ ਜਿਹਦਾ ਨਾਮ ਨਹੀਂ ਦੱਸਿਆ ਹੋਇਆ ਸਿਰਫ ਕੀ ਦੱਸਿਆ ਉਹਦਾ ਉਹਨੂੰ ਕੀ ਕਹਿ ਕੇ ਰਾਈਟਰ ਬੁਲਾ ਰਿਹਾ ਕੁਇਕ ਮੈਨ ਸੋ ਇੱਕ ਆਡੀਅੰਸ ਦੇ ਵਿੱਚ ਇੱਕ ਆਪਣੇ ਵੱਲੋਂ ਜਿਹੜਾ ਬਹੁਤ ਆਪਣੇ ਆਪ ਨੂੰ ਹੁਸ਼ਿਆਰ ਸਮਝਦਾ ਇੱਕ ਇਸ ਤਰ੍ਹਾਂ ਦਾ ਵਿਅਕਤੀ ਬੈਠਾ ਹੋਇਆ ਜਿਹੜਾ ਕਿ ਕੀ ਕਰਦਾ ਉਹਦੇ ਹਰ ਟ੍ਰਿਕ ਨੂੰ ਖਰਾਬ ਕਰ ਦਿੰਦਾ ਕਲੀਅਰ ਫੋਰ ਐਗਜ਼ਾਮਪਲ ਜਦੋਂ ਕੋਈ ਖਾਲੀ ਕੱਪੜੇ 'ਚੋਂ ਜਿਸ ਤਰ੍ਹਾਂ ਕਿ ਇੱਕ ਪਾਣੀ ਦਾ ਭਰਿਆ ਹੋਇਆ ਬਰਤਨ ਕੱਢਦਾ ਹੈਗਾ ਕਲੀਅਰ ਪਹਿਲਾਂ ਦਿਖਾਉਂਦਾ ਕਿ ਖਾਲੀ ਕੱਪੜਾ ਹੈ ਫਿਰ ਉਹਦੇ 'ਚੋਂ ਪਾਣੀ ਦਾ ਭਰਿਆ ਬਰਤਨ ਨਿਕਲ ਆਉਂਦਾ ਲੋਕ ਹੈਰਾਨ ਹੋ ਰਹੇ ਆ ਪਰ ਜਿਹੜਾ ਕੁਇਕ ਮੈਨ ਹੈ ਉਸ ਵੇਲੇ ਕੀ ਕਹਿੰਦਾ
ही हैड इट अप हिज स्लीव। हर चीज़ में की कही जाता है कि इन्हें कितने लुकोई हुई सी, अपनी बाँह के विच लुकोई हुई सी। क्लीयर सो अपनी ड्रैस की बाँह के विचों की कड़ी है इन्हें। क्लीयर सो इस तरह की करता वह जो तमाशा हैगा नैचुरली लोगों को फिर की लगन लग पैंदा है हर वो ट्रिक तो बाद जिदा ही वह ट्रिक दिखाता और नाल ही जोड़ा क्विक मैन है वह की कह देंदा कि कुछ नहीं है खास ये इन्हें कितने लुकोई हुई सी अपनी ड्रैस की बाँह के लुकोई हुई सी। सो जिद नाल की होंगे जिदे नाल की वह हर ट्रिक जोड़ा वह बर्बाद हो जाता है हर वह जो करतव हैगा लोगों को की लगन लग पैंदा कि हाँ कोई खास गल नहीं हैगी। सो जिदे करके कि वह तमाशा जोड़ा वह स्पॉयल होना शुरू हो जाता है। क्लीयर हूँ जोड़ा फिर कॉन्जरर हैगा वह बदला लैन का सोचता है और दिस स्टोरी इज़ अबाउट दैट रिवेंज कि वह किदा वो तो अपना बदला लैंदा है। सो आई होप यू नो समथिंग अबाउट द स्टोरी नाओ। सो आई स्टार्ट रीडिंग इट। देखो इनू द कॉन्जरर्स रिवेंज। सो दिस इज़ ऑन पेज नंबर 77। देखो इनू सो एक तमाशा चल रहा है कॉन्जरर का। फिर एक जादूगर बाजीगर अपना तमाशा दिखा रहे हैं। नाउ लेडीज एंड जेंटलमैन सेट द कॉन्जरर हैविंग शोन यू दैट द क्लॉथ इज एब्सोल्यूटली एम्प्टी आई विल प्रोसीड टू टेक फ्रॉम इट अ बोल ऑफ गोल्ड फिश प्रेस्टो। सो फिर वो कॉन्जरर जो पहला उन्होंने की दिखाता है कि लोगों को की कहता है कि नाओ लेडीज एंड जेंटलमैन हूनी हूनी मैं तुम्हें की दिखाया है कि आ वाला जो कपड़ा है। सो क्लॉथ आप कहने जो कि अनस्टिच्ड कोई कपड़ा हैगा कोई टुकड़ा हैगा कपड़े का। सो की कहता है कि आई हैव जस्ट शोन यू दैट द क्लॉथ इज एब्सोल्यूटली एब्सोल्यूटली मीनस टोटली कि जो कपड़ा है पूरी तरह के नाल खाली है। सो आई विल प्रोसीड टू टेक फ्रॉम इट अ बोल ऑफ गोल्ड फिश। सो कहता मैं ये हूँ ही एक इस तरह का बोल कढ़ूँगा। सो बोल की होंगे बोल इज़ सिंपली जिन्हों आप बर्तन कहने हैं एक डूंगा बर्तन जिहड़ा कि जिहदे विच आपां कुछ भी लिक्विड वगैरह पा सकते हैं। सो उहदे विच की हैगी है कहिंदा कि मैं इदां दा एक बोल कढ़ांगा जिहदे विच के पानी भी होएगा ते जिहदे विच गोल्ड फिश जिहड़ी मछली है वह तैर रही होएगी। सो की कहिंदा कि देखो लोगों नूं की तमाशा दिखा रहा है कि फस्ट ट्रिक उहदा की हैगा कि उन्हें पहला लोगों को की दिखाया दैट वो हाथ जो कपड़ा फड़िया हुआ पूरी तरह ना खाली है और फिर की दिखाएगा कि वो की निकल आया अ बोल ऑफ गोल्ड फिश एक इदा का बर्तन निकल आया जिदे के ईवन पानी भी हैगा तो मछली भी तैर रही है। फिर सो फिर इदा कह के फिर की कहता प्रेस्टो प्रेस्टो मीनस सिंपली जरा मैजिशियंस जिदा की लैंग्वेज यूज़ करते फॉर एग्जाम्पल कई बार कहें देखो जी गिली गिली अपा क्लीयर। सो फिर वो की कटते कि ये चो की निकल आया देखो ये चो आ बर्तन निकल आया। सो ऑल अराउंड द हॉल पीपल वर सेइंग ओ हाउ वंडरफुल हाउ डज ही डू इट। सो जो उन्हें अवला तमाशा दिखाया नैचुरली कि पहला तो कपड़ा बिल्कुल खाली है वो अगे पिया हो फिर उन्हें जिदा ही चक्या तो उत्थे की सगा एक बर्तन पिया सगा बोल पिया जिदे विच के पानी भी सी ते मछलियाँ तैर रही सी। सो लोगों ने की कहा कि किन्नी अद्भुत चीज़ है हाउ वंडरफुल हाउ डज़ ही डू इट। सो लोगों ने कहना शुरू करता कि किदा इन्हें किया किस तरह। बट द क्विक मैन ऑन द फ्रंट सीट सैड इन अ बिग विस्पर टू द पीपल नीयर हिम ही हैड इट अप हिज स्लीव। पर एक दर्शकों च एक क्विक मैन बैठा हुआ सी सो उन्हें कोई नाम नहीं दस्या हुआ क्विक मैन। सो क्विक मैन सिंपली मीनस एक होशियार व्यक्ति जोड़ा कि अपने आप में बहुत होशियार समझता सो so, बैठा हुआ सी सो उन्हें की क्या बट द क्विक मैन ऑन द फ्रंट सीट सैड इन अ बिग विस्पर पर जोड़ा क्विक मैन से उन्हें अपने वालों तो विस्पर किया विस्पर सिंपली मीनस जिदा फुस फुसा के क्या उन्हें पर इट वॉज़ अ बिग विस्पर। बिग विस्पर मीनस के दो ही वॉज विस्परिंग पर काफ़ी उच्ची आवाज़ सी सो काफ़ी लोगों नू जिहड़ा सीगा वो सुन गया। सो उन्हें की क्या ही हैड इट अप हिज स्लीव। सो उन्हें की क्या कि ये जिहड़ा बोल इन्हें कढ़िया हैगा जिहड़ा इन्हें बर्तन कढ़िया असल दे विच अपनी ड्रैस की बाँह के विच लुकोया होया सी। सो उत्थों दी इन्हें चलाकी दे नाल कढ़ के टेबल दे उपर रख दिता। सो ये उन्हें किने क्या क्विक मैन ने दैन द पीपल नॉडिड ब्राइटली एट द क्विक मैन एंड सैट ओ ऑफकोर्स। सो फिर लोगों ने जदों क्विक मैन ने यह गल कही तो लोगों ने भी सिद्ध हाँ विच लाना शुरू करता और उन्होंने की किया कि ओ ऑफकोर्स कि हाँ इदा ही हैगा होर कितों आना सी बर्तन इन्हें पक्का ही पहला कितने लुकोया होया से अपनी ड्रैस की बाँह के लुकोया से उतों के इन्हें कढ़िया एंड एवरीबडी विस्पर्ड
राउंड द हॉल ही हैड इट अप हिज स्लीव। सो जिदा ही जेडे क्विक मैन के नेड़े लोग बैठे से उन्होंने अगे तो अगे दसना शुरू कर दिता कि इन्हें कितों की कढ़िया है अपनी ड्रैस की बाँह। सो स्लीव की होंगे, स्लीव इज़ द आर्म ऑफ योर ड्रैस। ठीक है, सो ड्रैस जी भी तुसी पाई हुई वो जी बाजू हैगी कि इन्हें लुकोया होया। सो लोगों ने भी आस पास यही कहना शुरू कर दिता। माई नैक्सट ट्रिक्स एट द कॉन्जरर इज़ द फेमस हिंदुस्तानी रिंग्स। सो फिर उन्हें अगला ट्रिक अपना शुरू किया कॉन्जरर ने। सो उन्हें अगला आइटम जो शुरू किया कहता कि मैं हिंदुस्तानी छले। सो एक कहता कि बहुत ही मशहूर ट्रिक हैगा कितने इंडिया दे विच के रिंग्स हैगे है, छले हैगे। सो उन्होंने मैं की करूँगा उन्होंने विद द हैल्प ऑफ दोज रिंग्स, वो जेड़े छले है उन्होंने मदद दे नाल मैं ये ट्रिक करूँगा। यू विल नोटिस दैट द रिंग्स आर एपरेंटली सैपरेट। सो की कहता पहला दिखाता है कि आ देखो जेड़े अलग अलग किन्ने ही छले है मेरे हाथ च आयरन रिंग्स हैगे। सो कहता कि साफ दिख रहे हैं कि ये अलग अलग हैगे। एट अ ब्लो दे ऑल जॉइन, पर मैं जादू करूँगा जिदे नाल कि सारे जेड़े छले है एक हो जाएंगे, एक दूजे नाल जुड़ जाएंगे। क्लियर। सो एट अ ब्लो दे ऑल जॉइन प्लैंक 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 प्रेस्टो। सो उन्हें की किया कि देखो हूँ ही मैं ये सारे छले अलग अलग है, मैं हूँ ही जादू करूँगा वो नाल सारे दे सारे जुड़ जाएंगे। सो दिस इज़ वॉट ही डज। देर वॉज अ जनरल बज ऑफ स्टूपीफैक्शन टिल द क्विक मैन वॉज हर्ड टू विस्पर ही मस्ट हैड अनदर लॉट अप हिज स्लीव। सो पहला तो लोग थोड़े जे चक्कर खा गए वो ट्रिक तो कि किदा इन्हें किया है। सो देर वॉज अ जनरल बज ऑफ स्टूपीफैक्शन। स्टूपीफैक्शन का मतलब ही होंगे कन्फ्यूजन। सो पहला तो थोड़ी जी साइलेंस सी, थोड़ा जहा लोग आपस में हौली हौली बोल रहे थे और कि किदा किया होगा। और क्विक मैन ने फिर की क्या कि ही मस्ट हैड अनदर लॉट अप हिज स्लीव। सो उन्हें की क्या कि पक्का ही जुड़े हुए छले इन्हें लुकोए हुए से कितने अपनी ड्रैस की बाजू के। सो इन्हें साढ़े तो अख बचा के इन्हें जुड़े हुए छले कढ़ ले और वो सानू दिखा रहा है। ठीक है, सो उन्हें की क्या कि पूरा लॉट ही सिगा देखो अप हिज स्लीव। अगेन एवरीबडी नॉडेड एंड विस्पर्ड द रिंग्स वर अप हिज स्लीव। सो सब ने आपस कहना शुरू करता कि वाकई जोड़े छले से वो कितने से देवर अप हिज स्लीव। द ब्रॉ ऑफ द कॉन्जरर वॉज क्लाउडेड विद अ गैदरिंग फ्राउन। सो फ्राउन की होंगे त्यूड़ी लाइन्स ऑफ एंगर। सो हूँ वो मत्थे के उपर ब्रॉ का मतलब ही होंगे फोरहैड। सो नाउ द ब्रॉ ऑफ द कॉन्जरर वॉज क्लाउडेड विद अ गैदरिंग फ्राउन। सो हूँ की होया जो उन्हें देखा भी है तो मेरे ट्रिक्स को खराब करी जा रहे हैं क्योंकि लोग हैरान होंगे पर नाल ही वो अगों की कह दें क्विक मैन के इन्हें पक्का ही लुकोया होया। सो लोगों की लगता है कि कोई खास गल नहीं हैगी ये। सो कि कोई जादू नहीं है। सो जिदे नाल के हो रहा है कि कॉन्जरर का सारा जिहड़ा तमाशा वो खराब हो रहा है, लोगों की लग रहा है कोई खास चीज़ नहीं है। सो जिदे करके कि हुण उहदे मत्थे ते गुस्से दीआं लकीरां जिहड़ियां सी कॉन्जरर दे मत्थे दे उपर आनियां शुरू हो गईआं। सो द ब्रॉ ऑफ द कॉन्जरर वॉज क्लाउडिड विद अ गैदरिंग फ्राउन। सो फ्राउन का मतलब ही की है कि त्यूड़ी पैनी शुरू हो गई लाइनज ऑफ एंगर। गैदरिंग का मतलब की है कि जिहड़ियां लकीरां सीगियां गुस्से वालियां उहदे मत्थे दे उपर वो हुण वध रहीयां सीगियां, ਦਾ ਮਤਲਬ ਉਹਦਾ ਗੁੱਸਾ ਵੀ ਵੱਧ ਰਿਹਾ ਸੀ ਔਰ ਉਹ ਗਹਿਰੀਆਂ ਹੋ ਰਹੀਆਂ ਸੀ, ਮਤਲਬ ਹੀ ਵਾਜ਼ ਗੈਟਿੰਗ ਰੀਅਲੀ ਐਂਗਰੀ ਨਾਉ। ਸੋ ਆਪਾਂ ਹੁਣ ਤੱਕ ਕੀ ਦੇਖਿਆ ਕਿ ਨੈਚੁਰਲੀ ਕੁਇਕ ਮੈਨ ਡਜ਼ ਨੋਟ ਨੋ ਐਨੀ ਮੈਜਿਕ, ਉਹਨੂੰ ਕੋਈ ਜਾਦੂ ਨਹੀਂ ਆਉਂਦਾ, ਉਹਨੂੰ ਬਿਲਕੁਲ ਨਹੀਂ ਪਤਾ ਕਿ ਕੌਂਜਰਰ ਇਹ ਕਿੱਦਾਂ ਕਰ ਰਿਹਾ ਹੈਗਾ, ਪਰ ਸਿਰਫ ਉਹ ਕੀ ਕਰ ਰਿਹਾ ਤਮਾਸ਼ਾ ਖਰਾਬ ਕਰ ਰਿਹਾ ਉਹਦਾ ਹਰ ਚੀਜ਼ 'ਤੇ ਕੀ ਕਹਿ ਦਿੰਦਾ ਕਿ ਇਹਨੇ ਕਿੱਥੋਂ ਦੀ ਕੱਢੀ ਆਪਣੀ ਡਰੈਸ ਦੀ ਬਾਜ਼ੂ ਦੇ ਵਿੱਚੋਂ। ਕਲੀਅਰ। ਸੋ ਜਿਹਦੇ ਕਰਕੇ ਕਿ ਲੋਕ ਜਿਹੜੇ ਹੈਗੇ ਆ ਉਹ ਪਹਿਲਾਂ ਤੋਂ ਹੀ ਥੋੜ੍ਹੇ ਕਨਫਿਊਜ਼ਡ, ਨੈਚੁਰਲੀ ਦੇ ਆਰ ਦੇ ਡੂ ਨੋਟ ਨੋ ਹਾਊ ਦ ਕੌਂਜਰਰ ਇਜ਼ ਡੂਇੰਗ ਦੋਜ਼ ਟ੍ਰਿਕਸ। ਸੋ ਪਹਿਲਾਂ ਤੋਂ ਹੀ ਕਨਫਿਊਜ਼ਡ ਹੈ। ਸੋ ਜਦੋਂ ਇੱਦਾਂ ਦੀ ਗੱਲ ਕਰ ਦਿੰਦਾ ਤਾਂ ਇਕਦਮ ਲੋਕਾਂ ਨੂੰ ਕੀ ਲੱਗਣ ਲੱਗ ਪੈਂਦਾ ਕਿ ਹਾਂ ਇੱਦਾਂ ਹੀ ਹੈ। ਸੋ ਇਹਦੇ ਨਾਲ ਕੀ ਹੋ ਰਿਹਾ ਕਿ ਇਹਦੇ ਨਾਲ ਕੌਂਜਰਰ ਦਾ ਜਿਹੜਾ ਸਾਰਾ ਤਮਾਸ਼ਾ ਹੈਗਾ, ਜਿਹੜਾ ਉਹਦਾ ਸ਼ੋਅ ਹੈਗਾ, ਇਟ ਇਜ਼ ਗੈਟਿੰਗ ਰੂਇਨਡ, ਖਰਾਬ ਹੋ ਰਿਹਾ ਕਿਉਂਕਿ ਲੋਕਾਂ ਨੂੰ ਕੀ ਲੱਗਦਾ ਕਿ ਐਡੀ ਕੋਈ ਖਾਸ ਗੱਲ ਨਹੀਂ ਹੈਗੀ। ਸੋ ਜਿਹਦੇ ਕਰਕੇ ਕਿ ਹੁਣ ਜਿਹੜਾ ਕੌਂਜਰਰ ਹੈ ਖਿੱਜ, ਉਹਨੂੰ ਹੁਣ ਗੁੱਸਾ ਆਉਣਾ ਸ਼ੁਰੂ ਹੋ ਗਿਆ ਕਿਹਦੇ ਉੱਤੇ, ਕੁਇਕ ਮੈਨ ਦੇ ਉੱਪਰ। ਠੀਕ ਹੈ, ਕਿਉਂਕਿ ਬਿਨਾਂ ਕਿਸੇ ਜਾਣਕਾਰੀ ਤੋਂ ਕੁਇਕ ਮੈਨ ਉਹਦੀ ਜਿਹੜੀ ਤਮਾਸ਼ੇ ਨੂੰ ਖਰਾਬ ਕਰ ਰਿਹਾ ਹੈ। ਅਗੇਨ ਐਵਰੀਬਡੀ ਨੋਡਿਡ ਐਂਡ ਵਿਸਪਰਡ ਦ ਰਿੰਗਸ ਵਰ ਅਪ ਹਿਜ਼ ਸਲੀਵ। ਸੋ ਲੋਕਾਂ ਨੇ
ਆਪਸ ਦੇ ਵਿੱਚ ਸਿਰ ਹਿਲਾਉਣਾ ਸ਼ੁਰੂ ਕਰਤਾ ਔਰ ਕੀ ਕਹਿਣਾ ਸ਼ੁਰੂ ਕਰਤਾ ਕਿ ਵਾਕਈ ਜਿਹੜੇ ਛੱਲੇ ਸੀਗੇ ਉਹ ਜੁੜੇ ਹੋਏ ਛੱਲੇ ਕਿੱਥੇ ਸੀਗੇ, ਇਹਦੀ ਡਰੈਸ ਦੀ ਬਾਂਹ ਦੇ ਵਿੱਚ ਸੀਗੇ। ਆਈ ਵਿਲ ਨਾਓ ਹੀ ਕੰਟੀਨਿਊਡ ਸ਼ੋ ਯੂ ਅ ਮੋਸਟ ਅਮਿਊਜ਼ਿੰਗ ਟ੍ਰਿਕ ਬਾਈ ਵਿੱਚ ਆਈ ਐਮ ਇਨੇਬਲ ਟੂ ਟੇਕ ਐਨੀ ਨੰਬਰ ਆਫ ਐਗਸ ਫਰੋਮ ਅ ਹੈਟ। ਸੋ ਫਿਰ ਉਹਨੇ ਆਪਣਾ ਤਮਾਸ਼ਾ ਜਾਰੀ ਰੱਖਿਆ ਕੌਂਜਰਰ ਨੇ। ਸੋ ਉਹਨੇ ਕੀ ਕਿਹਾ ਕਿ ਹੁਣ ਮੈਂ ਤੁਹਾਨੂੰ ਇੱਕ ਬਹੁਤ ਹੀ ਮਜ਼ੇਦਾਰ ਟ੍ਰਿਕ ਦਿਖਾਊਂਗਾ ਜਿਹਦੇ ਵਿੱਚ ਕਿ ਮੈਂ ਇੱਕ ਹੈਟ ਵਿੱਚੋਂ ਦੀ, ਸੋ ਇੱਕ ਟੋਪੀ ਦੇ ਵਿੱਚੋਂ ਦੀ ਮੈਂ ਕੀ ਕੱਢੂੰਗਾ, ਬਹੁਤ ਸਾਰੇ ਐਗਸ ਕੱਢੂੰਗਾ। ਵਿਲ ਸਮ ਜੈਂਟਲਮੈਨ ਕਾਈਂਡਲੀ ਲੈਂਡ ਮੀ ਹਿਜ਼ ਹੈਟ। ਸੋ ਫਿਰ ਉਹਨੇ ਜਿੱਦਾਂ ਕਿ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਜਾਦੂਗਰ ਹੁੰਦੇ, ਜਿਹੜੇ ਬਾਜੀਗਰ ਹੁੰਦੇ, ਉਹ ਆਡੀਅੰਸ ਤੋਂ ਕਈ ਵਾਰੀ ਪੁੱਛਣ ਲੱਗ ਪੈਂਦੇ ਆ ਕਿ ਸੋ ਕੀ ਕਹਿੰਦਾ ਕਿ ਕੀ ਕੋਈ ਮੈਨੂੰ ਆਪਣੀ ਹੈਟ ਦਏਗਾ। ਸੋ ਆਹ ਥੈਂਕ ਯੂ, ਸੋ ਕਿਸੇ ਨੇ ਫਿਰ ਉਹਨੂੰ ਹੈਟ ਆਪਣੀ ਦੇ ਦਿੱਤੀ। ਆਹ ਥੈਂਕ ਯੂ ਪ੍ਰੈਸਟੋ, ਸੋ ਫਿਰ ਉਹਨੇ ਉਸੇ ਹੈਟ। ਸੋ ਕਿਉਂ ਉਹਨੇ ਆਡੀਅੰਸ ਤੋਂ ਮੰਗੀ ਹੋਗੀ, ਇਹ ਦਿਖਾਉਣ ਵਾਸਤੇ, ਇਹ ਸਾਬਿਤ ਕਰਨ ਵਾਸਤੇ ਕਿ ਉਹਦੇ ਵਿੱਚ ਪਹਿਲਾਂ ਤੋਂ ਮੈਂ ਕੁਛ ਨਹੀਂ ਰੱਖਿਆ ਹੋਇਆ। ਫਿਰ ਹੁਣ ਉਸੇ ਵੇਲੇ ਪਕੜਦਾ ਉਹ ਇੱਕ ਹੈਟ ਔਰ ਉਹਦੇ ਵਿੱਚੋਂ ਦੀ ਉਹ ਐਗਸ ਕੱਢਣੇ ਸ਼ੁਰੂ ਕਰ ਦਿੰਦਾ। ਸੋ ਕੀ ਕਹਿੰਦਾ, ਆਹ ਥੈਂਕ ਯੂ। ਸੋ ਮਿਲ ਜਾਂਦੀ ਉਹਨੂੰ ਹੈਟ ਅਤੇ ਫਿਰ ਉਹ ਤਮਾਸ਼ਾ ਦਿਖਾਉਂਦਾ। ਪ੍ਰੈਸਟੋ ਹੀ ਐਕਸਟ੍ਰੈਕਟਿਡ 17 ਐਗਸ। ਸੋ ਇੱਕ ਹੈਟ ਵਿੱਚੋਂ ਦੀ ਉਹਨੇ ਕਿੰਨੇ ਐਗਸ ਕੱਢੇ। ਐਕਸਟ੍ਰੈਕਟਿਡ ਮੀਨਸ ਟੁੱਕ ਆਊਟ, ਸੋ ਐਕਸਟ੍ਰੈਕਟ ਦਾ ਮਤਲਬ ਕੀ ਹੁੰਦਾ, ਟੂ ਟੇਕ ਆਊਟ। ਸੋ ਇੱਕ ਹੈਟ ਵਿੱਚੋਂ ਦੀ ਉਹਨੇ 17 ਐਗਸ ਕੱਢੇ। ਐਂਡ ਫੋਰ 35 ਸੈਕਿੰਡਸ ਦਾ ਆਡੀਅੰਸ ਬਿਗੈਨ ਟੂ ਥਿੰਕ ਹੀ ਵਾਸ ਵੰਡਰਫੁੱਲ। ਔਰ ਤਕਰੀਬਨ 17 ਸੈਕਿੰਡਸ ਵਾਸਤੇ, ਸੋਰੀ 35 ਸੈਕਿੰਡਸ ਵਾਸਤੇ ਆਡੀਅੰਸ ਇਹ ਸੋਚ ਰਹੀ ਸੀ ਕਿ ਜਿਹੜਾ ਜਾਦੂਗਰ ਹੈ ਉਹ ਵਾਕਈ ਲਾਜਵਾਬ ਹੈ, ਜਿਹੜਾ ਕੌਂਜਰਰ ਹੈ ਉਹ ਵਾਕਈ ਲਾਜਵਾਬ ਹੈ, ਪਰ 35 ਸੈਕਿੰਡ ਬਾਅਦ ਕੀ ਹੋਇਆ ਹੋਏਗਾ, ਕੈਨ ਯੂ ਇਮੈਜਿਨ। ਸੋ 35 ਸੈਕਿੰਡਸ ਤੋਂ ਬਾਅਦ ਕੌਣ ਬੋਲ ਪਿਆ, ਦਾ ਕੁਇਕ ਮੈਨ। ਸੋ ਜਿਹਦੇ ਨਾਲ ਕਿ ਲੋਕਾਂ ਦਾ ਜਿਹੜਾ ਵਿਚਾਰ ਸੀਗਾ ਕਿ ਦੈਟ ਵਾਜ ਵੰਡਰਫੁੱਲ, ਦਿਸ ਮੈਨ ਇਜ਼ ਵੰਡਰਫੁੱਲ, ਅਦਭੁਤ ਹੈਗਾ ਇਹ ਵਿਅਕਤੀ, ਇਹਦਾ ਜਾਦੂ ਵੀ ਅਦਭੁਤ ਹੈ, ਉਹ ਸਾਰਾ ਲੋਕਾਂ ਦਾ ਜਿਹੜਾ ਖਿਆਲ ਸੀ ਉਹ ਬਦਲ ਗਿਆ, ਕਿਉਂਕਿ ਕੁਇਕ ਮੈਨ ਨੇ ਫਿਰ ਆਪਣੀ ਐਕਸਪਲੇਨੇਸ਼ਨ ਦੇ ਦਿੱਤੀ ਕਿ ਇਹ ਕਿੱਦਾਂ ਹੋਇਆ ਹੋਏਗਾ। ਸੋ ਉਹਨੇ ਕੀ ਕਿਹਾ, ਦੈਨ ਦਾ ਕੁਇਕ ਮੈਨ ਵਿਸਪਰਡ ਅਲੋਂਗ ਦਾ ਫਰੰਟ ਬੈਂਚ। ਸੋ 35 ਸੈਕਿੰਡ ਵਾਸਤੇ, ਕਿਉਂਕਿ ਕੁਇਕ ਮੈਨ ਵੀ ਪਹਿਲਾਂ ਇੱਕਦਮ ਉਹਨੂੰ ਵੀ ਨਹੀਂ ਸਮਝ ਆਈ ਸੀ, ਉਹ ਕੁਛ ਨਹੀਂ ਬੋਲਿਆ ਸੀਗਾ। ਸੋ ਜਿਹਦੇ ਕਰਕੇ ਕਿ ਲੋਕਾਂ ਨੂੰ ਕੀ ਲੱਗਣ ਲੱਗ ਪਿਆ ਸੀ ਕਿ ਵਾਕਈ ਜਿਹੜਾ ਕੌਂਜਰਰ ਹੈ ਉਹ ਇੱਕ ਅਦਭੁਤ ਵਿਅਕਤੀ ਹੈਗਾ, ਹੀ ਇਜ਼ ਵੰਡਰਫੁੱਲ। ਫਿਰ ਕੁਇਕ ਮੈਨ ਬੋਲ ਪਿਆ ਅਤੇ ਲੋਕਾਂ ਦਾ ਇਹ ਜਿਹੜਾ ਭਰਮ ਸੀਗਾ ਇਹ ਟੁੱਟ ਗਿਆ। ਸੋ ਕੁਇਕ ਮੈਨ ਨੇ ਕੀ ਕਿਹਾ, ਹੀ ਹੈਜ਼ ਅ ਹੈਂਡ ਅਪ ਹਿਸ ਸਲੀਵ। ਸੋ ਉਹਨੇ ਕੀ ਕਿਹਾ ਕਿ ਇਹਨੇ ਪੱਕਾ ਹੀ ਇੱਕ ਮੁਰਗੀ ਛੁਪਾਈ ਹੋਈ ਹੈ ਆਪਣੀ ਡਰੈਸ ਦੀ ਬਾਂਹ ਦੇ ਵਿੱਚ, ਜਿਹੜੀ ਕਿ ਅੰਡੇ ਦੇਈ ਜਾ ਰਹੀ ਹੈ। ਸੋ ਉਹ ਵਾਲੇ ਐਗਸ ਏ ਉੱਥੋਂ ਦੀ ਕੱਢ ਕੱਢ ਕੇ ਸਾਨੂੰ ਦਿਖਾਈ ਜਾ ਰਿਹਾ ਕਿ ਸੋ ਇਹਨੇ ਇਹ ਕਹਿ ਦਿੱਤਾ। ਐਂਡ ਆਲ ਦਾ ਪੀਪਲ ਵਿਸਪਰਡ ਇਟ ਔਨ। ਔਰ ਕਿਉਂਕਿ ਇੱਕ ਸ਼ੋਅ ਚੱਲ ਰਿਹਾ ਹੈਗਾ, ਸੋ ਇਹਨੇ ਕਿਸੇ ਨੂੰ ਦੱਸਿਆ, ਅੱਗੇ ਅੱਗੇ ਲੋਕ ਵਿਸਪਰ ਕਰਦੇ ਰਹੇ, ਫੁੱਸਫੁਸਾਉਂਦੇ ਰਹੇ ਦੂਜੇ ਦੇ ਕੰਨਾਂ ਦੇ ਵਿੱਚ। ਸੋ ਇਹ ਗੱਲ ਸਾਰੇ ਹਾਲ ਦੇ ਵਿੱਚ ਘੁੰਮ ਗਈ। ਔਰ ਉਹ ਗੱਲ ਕੀ ਸੀਗੀ, ਹੀ ਹੈਜ਼ ਅ ਲੋਟ ਆਫ ਹੈਂਡਸ ਅਪ ਹਿਸ ਸਲੀਵ। ਸੋ ਉਹਨੇ ਤਾਂ ਸਿਰਫ ਕੀ ਕਿਹਾ ਸੀ ਕੌਂਜਰਰ ਨੇ ਕਿ ਹੀ ਹੈਜ਼ ਅ ਹੈਂਡ ਅਪ ਹਿਸ ਸਲੀਵ, ਪਰ ਜਿੱਦਾਂ ਆਪਾਂ ਜਾਣਦੇ ਹਾਂ ਕਿ ਜਦੋਂ ਵੀ ਕੋਈ ਗੱਲ ਅੱਗੇ ਤੋਂ ਅੱਗੇ ਹੁੰਦੀ ਹੈ, ਜਿਸ ਤਰ੍ਹਾਂ ਕੋਈ ਅਫਵਾਹ ਅੱਗੇ ਤੋਂ ਅੱਗੇ ਫੈਲਦੀ ਹੈ ਤਾਂ ਕੀ ਹੁੰਦਾ, ਉਹ ਵਧਾ ਚੜ੍ਹਾ ਕੇ ਲੋਕ ਫਿਰ ਦੱਸਦੇ। ਸੋ ਉਹਨੇ ਤਾਂ ਸਿਰਫ ਕੀ ਕਿਹਾ ਸੀ ਹੀ ਹੈਜ਼ ਅ ਹੈਂਡ ਅਪ ਹਿਸ ਸਲੀਵ, ਪਰ ਅੱਗੇ ਗੱਲ ਕੀ ਪਹੁੰਚ ਗਈ ਕਿ ਇਹਨੇ ਬਹੁਤ ਸਾਰੀਆਂ ਮੁਰਗੀਆਂ ਆਪਣੀ ਸਲੀਵ ਦੇ ਵਿੱਚ ਛੁਪਾਈਆਂ ਹੋਈਆਂ। ਅਤੇ ਸੋ ਵੀ ਆਲਸੋ ਨੋ ਦੈਟ ਦਿਸ ਇਜ਼ ਸਮਥਿੰਗ ਇੰਪੋਸੀਬਲ, ਕਲੀਅਰ। ਸਟਿਲ ਦਾ ਪੀਪਲ ਬਿਲੀਵਡ ਇਟ। ਪਰ ਉਸ ਵੇਲੇ ਲੋਕ ਕਿਉਂ ਯਕੀਨ ਕਰ ਰਹੇ ਸੀਗੇ, ਬਿਕੋਜ਼ ਆਫ ਦੇਅਰ ਕਨਫਿਊਜ਼ਨ, ਕਲੀਅਰ। ਕਿਉਂਕਿ ਜਦੋਂ ਅਸੀਂ ਵੀ ਕਨਫਿਊਜ਼ਡ ਹੁੰਦੇ ਹਾਂ ਤਾਂ ਸਾਨੂੰ ਕਈ ਵਾਰੀ ਜੋ ਵੀ ਕੋਈ ਕਹਿੰਦਾ, ਅਸੀਂ ਜਦੋਂ ਸਾਨੂੰ ਆਪ ਨਹੀਂ ਸਮਝ ਆ ਰਹੀ ਹੁੰਦੀ ਤਾਂ ਅਸੀਂ ਕਈ ਵਾਰੀ ਬੜੀ ਅਜੀਬ ਜਿਹੀ ਗੱਲ ਦੇ ਵਿੱਚ ਵਿਸ਼ਵਾਸ ਕਰ ਲੈਂਦੇ। ਸੋ ਸੇਮ ਵਾਜ ਦਾ ਕੇਸ ਵਿਦ ਦਾ ਕੌਂਜਰਰ, ਸੇਮ ਵਾਜ ਦਾ ਕੇਸ ਵਿਦ ਦਾ ਆਡੀਅੰਸ, ਬਿਕੋਜ਼ ਦੇ ਵਰ ਵੈਰੀ ਕਨਫਿਊਜ਼ਡ। ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿੱਦਾਂ ਕਰ ਰਿਹਾ। ਸੋ ਜਿਹੜੀ ਵੀ ਕੋਈ ਬੇਤੁਕੀ ਗੱਲ ਕੋਈ ਕਹਿ ਰਿਹਾ ਸੀਗਾ, ਉਹ ਕੁਇਕ ਮੈਨ ਬੇਤੁਕੀ ਗੱਲ ਕਰ ਰਿਹਾ ਸੀਗਾ, ਕਿਉਂਕਿ ਵੀ ਆਲ ਨੋ ਕਿ ਕਿੱਦਾਂ ਕੋਈ ਕਿਸ ਆਪਣੀ ਡਰੈਸ ਦੀ ਬਾਂਹ ਦੇ ਵਿੱਚ ਕਿੱਦਾਂ ਕੋਈ ਮੁਰਗੀ ਛੁਪਾ ਸਕਦਾ ਹੈ ਔਰ ਮੁਰਗੀ ਅੰਡੇ ਦੇ ਰਹੀ ਹੈ। ਸੋ ਦਿਸ ਵਾਜ ਸਮਥਿੰਗ ਵੈਰੀ, ਯੂ ਮੇ ਸੇ ਦਿਸ ਵਾਜ ਅ ਵੈਰੀ ਸਟੂਪਿਡ ਕਾਮੈਂਟ, ਦਿਸ ਵਾਜ ਅ ਵੈਰੀ ਫੁੱਲਿਸ਼ ਓਬਜ਼ਰਵੇਸ਼ਨ ਮੇਡ ਬਾਏ ਦਾ ਕੁਇਕ ਮੈਨ। ਸਟਿਲ ਦਾ ਪੀਪਲ ਬਿਲੀਵਡ ਇਟ ਬਾਏ, ਬਿਕੋਜ਼ ਦੇ ਵਰ ਕਨਫਿਊਜ਼ਡ ਐਟ ਦੈਟ ਟਾਈਮ। ਐਂਡ ਵੈਨ ਯੂ ਆਰ ਕਨਫਿਊਜ਼ਡ ਯੂ ਐਂਡ ਅਪ ਬਿਲੀਵਿੰਗ ਐਨੀਥਿੰਗ।
दैट अ परसन मे ऑफर। सो जदों तुसीं कन्फ्यूज्ड हुंदे हो तां कई वारी तुसीं बड़ी बेतुकी गल दे उपर भी भरोसा कर लैंदे कि हाँ इदां ही होगा। सो इत्थे भी इदां ही होया कि लोकां ने वाकई कहना शुरू करता कि कई मुर्गियां ने छुपाइयां हुई हैं। सो वी ऑल नो दैट दिस इज़ समथिंग इम्पॉसिबल, पर क्योंकि लोग उस वेले उहदी गल ते विश्वास कर रहे सीगे। सो जिहदा नतीजा की निकलिया, द एग ट्रिक वॉज रोइंड। सो जिहड़ा अंडियां वाला ट्रिक सीगा वह भी की हो गया, बर्बाद हो गया। किद्दां बर्बाद हो गया? क्योंकि लोगों को की लग रहा है कि कोई एड्डी खास गल नहीं हैगी जो भी ये कर रहा है। सो द एग ट्रिक वॉज रोइंड। सो जिहड़ा वाला तमाशा सीगा उहदा वह भी खराब हो गया। वाला जिहड़ा ट्रिक सीगा, ये वाला जिहड़ा आइटम सीगा, ये भी उहदा खराब हो गया। इट वेंट ऑन लाइक दैट ऑल थ्रू। सो इस तरह के नाल जिहड़ा तमाशा सी अगे तो अगे चलता रहा। वह कोई ट्रिक पेश करता सीगा, वह कोई करतब दिखाता सी, और जिहड़ा क्विक मैन से उहदे करतब नूं की कर दिंदा सी, खराब कर दिंदा सी। इट ट्रांसपायर्ड फ्रॉम द विस्पर्स ऑफ द क्विक मैन दैट द कॉन्जरर मस्ट हैव कंसील्ड अप हिज स्लीव इन एडिशन टू द रिंग्स हैंड्स एंड फिश सेवरल पैक्स ऑफ कार्ड्स अ लोफ ऑफ ब्रेड अ डॉल्स क्रेडल अ लाइव गिनी पिग